ਜੰਮੂ ਕਸ਼ਮੀਰ ਵਿੱਚ ਅੱਤਵਾਦੀ ਹਮਲੇ ਦੇ ਡਰ ਨੂੰ ਦੇਖਦਿਆਂ ਕੇਂਦਰ ਸਰਕਾਰ ਵੱਲੋਂ 15 ਅਗਸਤ ਤੱਕ ਚੱਲਣ ਵਾਲੀ ਅਮਰਨਾਥ ਯਾਤਰਾ ਨੂੰ ਰੋਕਣ ਅਤੇ ਕਸ਼ਮੀਰ ਵਿੱਚ ਪਹੁੰਚੇ ਯਾਤਰੀਆਂ ਤੇ ਸੈਲਾਨੀਆਂ ਨੂੰ ਸੂਬੇ ਵਿੱਚੋਂ ਵਾਪਸ ਪਰਤ ਜਾਣ ਦੀ ਹਦਾਇਤ ਕੀਤੇ ਜਾਣ ਤੋਂ ਬਾਅਦ ਇਸ ਮਾਮਲੇ ਤੇ ਕਾਂਗਰਸ ਨੇ ਕੇਂਦਰ ਦੀ NDA ਸਰਕਾਰ ਨੂੰ ਆੜੇ ਹੱਥੀ ਲਿਆ ਹੈ। ਇਸ ਸੰਬੰਧੀ ਸਾਬਕਾ ਕੇਂਦਰੀ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੇ ਗੜਸ਼ੰਕਰ ਵਿਖੇ ਆਪਣੇ ਧੰਨਵਾਦੀ ਦੌਰੇ ਸੰਬੰਧੀ ਇਕੱਠ ਨੂੰ ਸੰਬੋਧਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੰਮੂ ਕਸ਼ਮੀਰ ਬਾਰੇ ਜਾਰੀ ਹਦਾਇਤ ਅਤੇ ਸੂਬੇ ਵਿੱਚ ਕੇਂਦਰ ਵੱਲੋਂ 100 ਤੋਂ ਵਧੇਰੇ ਕੰਪਨੀਆਂ ਭੇਜੇ ਜਾਣ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਅਤੇ ਅਜਿਹਾ ਲੱਗ ਰਿਹਾ ਹੈ ਕਿ ਕੇਂਦਰ ਸਰਕਾਰ ਨੇ ਪਾਕਿਸਤਾਨ ਅੱਗੇ ਗੋਡੇ ਟੇਕ ਦਿੱਤੇ ਹਨ। ਉਹਨਾਂ ਕਿਹਾ, ਦੇਖੋ ਇੱਦਾਂ ਹੈ ਕਿ ਜੰਮੂ ਕਸ਼ਮੀਰ ਦੀ ਪਰਿਸਥਿਤੀ ਬਹੁਤ ਸੰਵੇਦਨਸ਼ੀਲ ਹੈ ਔਰ ਉੱਥੇ ਬੜਾ ਤਣਾਅ ਦਾ ਮਾਹੌਲ ਹੈ। ਕੇਂਦਰ ਸਰਕਾਰ ਨੇ ਪਿਛਲੇ ਹਫ਼ਤੇ 100 ਕੰਪਨੀਆਂ ਭੇਜੀਆਂ ਨੇ ਪੈਰਾਮਿਲਟਰੀ ਫੋਰਸਿਸ ਦੀਆਂ। ਹਰ ਕੰਪਨੀ 'ਚ 1000 ਬੰਦਾ ਹੁੰਦਾ ਹੈ, 1,00,000 ਤੋਂ ਜ਼ਿਆਦਾ ਬੰਦਾ ਉੱਥੇ ਭੇਜਿਆ ਗਿਆ ਹੈ ਔਰ ਕੱਲ੍ਹ ਉਹਨਾਂ ਨੇ ਹਦਾਇਤ ਦਿੱਤੀ ਹੈ ਕਿ ਜਿੰਨੇ ਅਮਰਨਾਥ ਯਾਤਰੀ ਨੇ ਔਰ ਜਿੰਨੇ ਬਾਕੀ ਪਰਯਟਕ ਨੇ ਜੰਮੂ ਕਸ਼ਮੀਰ ਔਰ ਖਾਸ ਕਰ ਕਸ਼ਮੀਰ ਖਾਲੀ ਕਰ ਦੇਣ ਕਿਉਂਕਿ ਅੱਤਵਾਦ ਦੇ ਕਿਸੇ ਅਟੈਕ ਦਾ ਖਤਰਾ ਹੈ। ਹੁਣ ਹਿੰਦੁਸਤਾਨ 1947 ਤੋਂ ਅੱਤਵਾਦ ਦੀ ਮਾਰ ਝੇਲ ਲਿਆ ਹੈਗਾ ਔਰ ਜੇ ਕੇਂਦਰ ਸਰਕਾਰ ਇਹੋ ਜਿਹੀ ਹਦਾਇਤ ਦੇਵੇ ਤਾਂ ਇਹ ਪਾਕਿਸਤਾਨ ਦੇ ਮੂਹਰੇ ਘੁੱਟਣੇ ਢੇਕਣ ਦੇ ਬਰਾਬਰ ਹੈਗਾ। ਕੇਂਦਰ ਸਰਕਾਰ ਨੇ ਇੱਥੇ ਜੰਮੂ ਕਸ਼ਮੀਰ 'ਚ ਇੰਨੀ ਐਡੀਸ਼ਨਲ ਫੋਰਸ ਭੇਜੀ ਹੈਗੀ ਹੈ, ਉਹਨਾਂ ਨੂੰ ਇਹ ਵੇਖਣਾ ਚਾਹੀਦਾ ਸੀ, ਇਹ ਸੁਨਿਸ਼ਚਿਤ ਕਰਨਾ ਚਾਹੀਦਾ ਸੀ ਕਿ ਜਿਹੜੀ ਅਮਰਨਾਥ ਯਾਤਰਾ 15 ਅਗਸਤ ਤੱਕ ਚੱਲਣੀ ਹੈ ਉਹ ਸੁਰੱਖਿਅਤ ਮਾਹੌਲ ਦੇ ਵਿੱਚ ਅਮਰਨਾਥ ਯਾਤਰਾ ਸੰਪੰਨ ਹੁੰਦੀ ਔਰ ਜਿਹੜੇ ਉੱਥੇ ਟੂਰਿਸਟ ਗਏ ਨੇ ਉਹ ਟੂਰਿਸਟ ਆਪਣਾ ਜਿਹੜਾ ਵੀ ਘੁੰਮਣ ਫਿਰਨ ਦਾ ਕੰਮ ਹੈਗਾ ਉਹ ਆਰਾਮ ਨਾਲ ਕਰ ਸਕਦੇ। ਇੱਦਾਂ ਕਿਸੇ ਸੂਬੇ ਨੂੰ ਖਾਲੀ ਕਰਾਉਣਾ ਇਸ ਲਈ ਕਿਉਂਕਿ ਪਾਕਿਸਤਾਨ ਪ੍ਰੋਤਸਾਹਿਤ ਅੱਤਵਾਦੀ ਹਮਲਾ ਕਰ ਸਕਦੇ ਨੇ, ਇਹ ਤਾਂ ਪਾਕਿਸਤਾਨ ਦੇ ਮੂਹਰੇ ਘੁੱਟਣੇ ਟੇਕਣ ਦੇ ਬਰਾਬਰ ਹੈ ਔਰ ਕਾਂਗਰਸ ਪਾਰਟੀ ਇਸ ਚੀਜ਼ ਦੀ ਬਹੁਤ ਘੋਰ ਨਿੰਦਾ ਕਰਦੀ ਹੈ।